ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤਾਂ ਜੀ ਬੈਠੀਆਂ ਨੇ, ਫਿਰ ਹੈ ਬੈਠੀਆਂ ਖਲੋਤੀਆਂ ਸੰਗਤਾਂ ਹੈ। ਬਾਬਾ ਜੀ ਆਉਣ ਵਾਲੇ ਆ, ਦੂਸਰੇ ਪਿੰਡ ਇਸ ਪਿੰਡ ਸਾਡੇ ਪਿੰਡ ਨਗਰ ਕੀਰਤਨ ਆਉਂਦਾ ਆ, ਹਨਾ ਸਾਡੇ ਪਿੰਡ ਦੀ ਲੰਗਰ ਦੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦਾ, ਤੇ 2.5 ਸਾਲਾਂ ਬਾਅਦ ਸਾਡੇ ਪਿੰਡ ਵਾਰੀ ਆਉਂਦੀ ਆ ਲੰਗਰ ਦੀ ਸੇਵਾ ਦੀ, ਹਨਾ। ਇਸ ਵਾਰੀ ਸਾਡੇ ਪਿੰਡ ਦੀ ਵਾਰੀ ਆ ਤੇ ਸਾਰੀ ਪਿੰਡ ਦੇ ਜਿੰਨੇ ਵੀ ਨਗਰ ਦੇ ਭੈਣ ਭਰਾ ਆ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਆ। ਇਸ ਕਰਕੇ ਅੱਜ ਵੀਡੀਓ ਨੀ ਤੁਹਾਨੂੰ ਮਿਲੂਗੀ, ਕਿਉਂਕਿ ਅੱਜ ਅਸੀਂ ਸੰਗਤਾਂ ਦੇ ਦਰਸ਼ਨ ਕਰਾਂਗੇ ਤੇ ਮਹਾਰਾਜ ਲਈ ਵੀ ਦਿਨ ਚਲੋ ਟਾਈਮ ਕੱਢਣਾ ਚਾਹੀਦਾ, ਹਨਾ। ਸਾਰਿਆਂ ਨੂੰ ਵਧਾਈਆਂ ਹੋਣ ਮਹਾਰਾਜ ਦੇ ਗੁਰਪੁਰਬ ਦੀਆਂ, ਸਾਰੀ ਸੰਗਤ ਨੂੰ। ਹਾਂਜੀ ਇੱਧਰ ਬੀਜੀ ਤੇ ਮੇਰਾ ਸਪੈਸ਼ਲ ਵਲੌਗ ਬਣਨਾ ਚਾਹੀਦਾ। ਬੀਜੀ ਨੇ ਅੱਜ ਮਹਾਰਾਜ ਦੇ ਸਰੂਪ ਅੰਗ ਅੰਗੀਕਾਰ ਬੀਜੀ ਨੇ ਅੱਜ ਪਲਕੀ ਸਾਹਿਬ ਨੂੰ ਮਹਾਰਾਜ ਨੂੰ ਰੁਮਾਲਾ ਸਾਹਿਬ ਭੇਟ ਕਰਨਾ ਆ, ਹਨਾ। ਤੇ ਮੈਂ ਹਰ ਵਾਰੀ ਦੇਨੀ ਆ, ਮੇਰੇ ਮਾਲਕ ਮੇਰੇ ਪਰਿਵਾਰ ਸਾਰੇ ਚ ਤੰਦਰੁਸਤੀ ਰਹੇ ਤੇ ਮਹਾਰਾਜ ਸਾਰੇ ਪਿੰਡ ਚ ਵੀ ਤੰਦਰੁਸਤੀ ਰਹੇ ਤੇ ਤੰਦਰੁਸਤੀ ਦੀਆਂ ਮਹਾਰਾਜ ਦਾਤਾ ਬਖਸ਼ਣ। ਚਲੋ ਨਗਰ ਨੂੰ ਵੀ ਤੇ ਸਾਰੇ ਪਰਿਵਾਰਾਂ ਨੂੰ ਵੀ, ਹਨਾ ਮੰਮੀ ਜੀ, ਹਨਾ ਡੈਡੀ ਜੀ। ਸਹੀ ਗੱਲ ਆ, ਪੱਗਾਂ ਚਲੋ ਆਪ ਬੰਨ ਲੈਂਦੇ ਆ, ਪਰ ਇਹ ਕਹਿੰਦੇ ਕਿ ਚਲੋ ਸਾਰੀ ਇੱਕੋ ਜਿਹੀਆਂ ਹੋ ਜਾਣਗੀਆਂ ਨਾ ਤਿੰਨਾਂ ਜਾਣਿਆਂ ਦੀਆਂ। ਮੈਂ ਤੇ ਕਿਹਾ ਸੀ ਸਾਹਿਬ ਨੂੰ ਵੀ ਲੈ ਜਾਓ, ਪਰ ਮੰਨੇ ਹੀ ਨੀ, ਕਹਿੰਦੇ ਨਹੀਂ ਅੱਜ ਛੋਟਾ ਆ। ਆਹੋ ਨਾਨਕੇ ਨੇ ਅੱਜ ਪੱਗ ਨੀ ਨਾ ਦਿੱਤੀ, ਨਾਨਕੇ ਪੱਗ ਦੇਣਗੇ ਤੇ ਫਿਰ ਗੱਲ ਬਣਨੀ ਆ। ਸਾਹਿਬ ਜੀ ਚ ਪੱਗ ਬੰਨਣੀ ਆ, ਪੱਗ ਲੈਣੀ ਆ ਮਾਮਾ ਜੀ ਕੋ, ਪੱਗ ਲੈਣੀ ਆ। ਚਲੋ ਮਹਾਰਾਜ ਜੀ ਵੇਟ ਕਰਦੇ ਆ ਬਾਬਾ ਜੀ ਦੀ, ਤੇ ਬਾਬਾ ਜੀ ਹੁਣਾਂ ਨੇ ਇੱਧਰ ਆਉਣਾ ਦੂਸਰੇ ਪਿੰਡੋਂ ਤੇ ਲੱਗ ਗਿਆ। ਮੈਂ ਕਿਹਾ ਮਹਾਰਾਜ ਜੀ ਆਉਣ ਨਾਲ, ਹਨਾ ਹਨਾ ਮੈਂ ਫਿਰ ਘੁੱਟ ਲਾਉਂਦੀ। ਅੱਛਾ ਅੱਛਾ ਸਜੀ ਤੇ ਗੁਰਮੇਲ ਭਾਬੀ ਜੀ ਆ ਜਾਓ। ਧੁੱਪ ਚੜ ਗਈ ਹੁਣ ਇਹਨੂੰ, ਨਾ ਗਰਮੀ ਲੱਗਣੀ ਜੇ ਬੁਰਾ ਲੱਗਣ ਡਿਆ ਮਾਂ ਕਰਕੇ ਤੇ ਅੱਜ ਇਹਦੇ ਕਰਕੇ ਪਵਾਇਆ। ਨਹੀਂ ਕੋਈ ਨੀ, ਬੁਖਾਰ ਆ ਉਂਜ ਵੀ। ਗੱਤਕਾ ਖੇਡਣ ਲੱਗੇ ਉਧਰ ਵੇਖੋ। ਨਹੀਂ ਕਹਿੰਦੇ ਕਿੰਨਾ ਸੋਹਣਾ ਲੱਗਣ ਡਿਆ ਭਾਬੀ ਜੀ।
ਖਜ਼ਾਨੇ ਤੇ ਮਾਇਆ ਸੋ ਖਜ਼ਾਨੇ ਭਰਪੂਰ ਤੇ ਧੋਨੀ ਚੜ੍ਹਦੀ ਕਲਾ ਕਰਨੀ ਘਰ ਪਰਿਵਾਰ ਦੇ ਸੁੱਖ ਮਾਂ ਮਨੁੱਖਾਂ ਜੀਵਾਂ ਦੀ ਸੁੱਖ ਬਖਸ਼ਣੀ ਮਹਾਰਾਜ ਕਰਦੇ ਕਿਰਪਾ ਦੇਸ਼ਾਂ ਵਿਦੇਸ਼ਾਂ ਪਿਆਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ
ਇੰਨੇ ਘਰ ਰੋਜ਼ ਖੇਡਦੇ ਆ ਹੈ ਗੁਰਮੇਲੀ ਪਿੰਕ ਲਿਆ ਦੋ ਮੰਮੀ ਇੱਕ ਪਿੰਕ ਕਲਰ ਦਾ ਕਰ ਹਾਂਜੀ ਲਿਆ ਨਾਨੀ ਨੇ ਲਿਆ ਤੇਰੇ ਨਾਨੀ ਨੇ ਦਾਦੀ ਨਹੀਂ ਇੱਥੇ ਲੱਗ ਜਾਓ ਹਾਏ ਹਾਏ ਵੇਖੀ ਹੋਇਆ ਕੀ ਫਿਰ ਕੀ ਹੋਇਆ ਹਨਾ ਡੈਡੀ ਜੀ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੰਮੀ ਜੀ ਸਾਹਿਬ ਦੀ ਪੈਂਟ ਨੂੰ ਟੋਂਗ ਦਿਓ ਤਾਂ ਨੂੰ ਚਲ ਆ ਜਾ ਮੰਜੀ ਤੇ ਫੜ ਕੇ ਤੂੰ ਰਹਿਣਾ ਵਾ ਇੱਥੇ ਇਹ ਰਹਿਣਾ ਵਾ ਇੰਨਾ ਭਗਾਨਾ ਖੇਡਦਾ ਰਹਿੰਦਾ ਦਿਨ ਰਾਤ ਤਾਂ ਵੀ ਨੀ ਰੱਜ ਹੁੰਦਾ ਮੇਰਾ ਨਿੱਕਾ ਸਰਦਾਰ ਨੀ ਕਿਤੇ ਸੋਹਣਾ ਰਿਹਾ ਬੜੇ ਸੋਹਣੇ ਲੱਗਣ ਦੇ ਟਿੰਡੇ ਦੇ ਤਿੰਨੇ ਦੇ ਆਏ ਓਏ ਓਏ ਉਧਰ ਬੜੇ ਸੋਹਣੇ ਲੱਗਣ ਦੇ ਕਰਨਾ ਤੇਰੀ ਤਾਂ ਪੂਰੀ ਪੱਗ ਰਲ ਗਈ ਸੇਮ ਸੇਮ ਹੋ ਗਈ ਸਫਾਈ ਚਲੋ ਹੁਣ ਬਾਬਾ ਜੀ ਹੁਣਾਂ ਨੇ ਡਿਊਟੀਆਂ ਲਾਈਆਂ ਸਾਰਿਆਂ ਦੀਆਂ ਤੇ ਚਲੋ ਚਲੋ ਖੇਡੋ ਹੁਣ ਖੇਡੋ ਸਾਹਿਬ ਬਲੂਨ ਸਾਹਿਬ ਜੀ ਤੇ ਸਾਹਿਬ ਜੀ ਤਾਂ ਆਈ 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 ਬਲੂਨ ਓ ਪਾਪਾ ਤੇ ਉਹ ਕੌਣ ਆ ਫੜਦੀ ਕਰਨਵੀਰ ਜੀ ਕਿੱਥੇ ਆ ਕਰਨ ਕਿੱਥੇ ਕਰਨਵੀਰ ਜੀ ਉਹ ਹੀ ਸੇਵਾ ਕਰ ਬੱਲੇ ਕਰਨਵੀਰ ਜੀ ਦੇ ਭੱਜੇ ਫਿਰਦੇ ਆ ਹੈਂ ਓ ਵੇਖੋ ਓਈ ਓ ਕਰਨਵੀਰ ਜੀ ਓਈ ਪਾਪਾ ਹੈਂ
ਸੇਵਾ ਕਰਦੇ ਕਰਨ। ਅੱਜ ਤੇ ਲਾਲ ਪੱਗਾਂ ਵਾਲੇ ਹੀ ਬੜੇ ਆ, ਸਾਰਿਆਂ ਨੇ ਬੰਨਣੀਆਂ ਚਾਹੀਦੀਆਂ ਲਾਲ ਪੱਗਾਂ। ਓ ਕਿੱਥੇ ਪਾਪਾ, ਕਿੱਥੇ ਆ ਮਾਮੂ, ਕਿੱਥੇ ਮਾਮੂ? ਓ ਦੇਖੋ, ਓ ਪਾਪਾ, ਮਾਮੂ ਮਾਮੂ ਸੇਵਾ ਕਰਦੇ ਸੀ। ਓਹੀ ਆ ਗਏ ਪਾਪਾ, ਆ ਗਈ ਓਹੀ ਪਾਪਾ ਆ ਗਏ। ਤੁਹਾਡੇ ਕੋਲ ਸਾਹਿਬ ਆਇਆ, ਹਾਂਜੀ ਹਾਂਜੀ। ਅੱਜ ਦਿਨੇ ਗੁਰਪੁਰਬ ਸਾਹਿਬ ਵੇਖਿਆ ਤੇ ਹੁਣ ਲੱਗੇ ਆ ਦੀਵੇ ਪ੍ਰਕਾਸ਼ ਕਰਨ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਦਿਨ ਚਾਨਣ ਕੀਤਾ ਦੁਨੀਆਂ ਤੇ ਆ ਕੇ, ਇਸ ਕਰਕੇ ਸਾਰੇ ਜਿਹੜੇ ਆ ਨਾ ਘਰਾਂ ਦੇ ਵਿੱਚ ਦੀਵੇ ਜਗਾਈਦੇ ਆ। ਹਨਾ ਗੁਰਮੇਰ, ਬਾਬਾ ਜੀ ਦਾ ਜਨਮ ਦਿਨ ਚਾਨਣ, ਮਿੱਟੀ ਧੁੰਦ ਜਗ ਚਾਨਣ ਹੋਇਆ, ਗੁਰੂ ਨਾਨਕ ਦੇਵ ਪ੍ਰਗਟਿਆ, ਕਿੱਦਾਂ ਸਤਿਗੁਰੂ ਨਾਨਕ ਪ੍ਰਗਟਿਆ, ਸਤਿਗੁਰੂ ਨਾਨਕ, ਸਤਿਗੁਰੂ ਨੇ ਅੱਜ ਦੇ ਦਿਨ ਜਨਮ ਲਿਆ। ਕਿੱਥੇ ਆ ਡੱਬੀ ਤੇ ਦੀਵੇ ਤੇ ਉਦਣ ਵੀ ਬਰਾਬਰ ਹਨ, ਚਲੋ ਸਾਡੀ ਸਰਫ ਜਿਹੜੀ ਉਹ ਬਣੀ ਹੈ ਨਾ ਤਾਂ ਕਰਕੇ ਰੱਖੇ ਨੀ ਗਏ। ਚਲੋ 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 ਬਾਬਾ ਅੰਦਰਾਂ ਦੇ ਵਿੱਚ ਰੱਖੋ, ਚਾਨਣ ਕਰਕੇ ਚਲੋ ਖੜੋ ਜੀ, ਉਹ ਦੋ ਬੋਲੀਏ ਬੱਤੀ ਝਮੱਕੇ ਜੇ ਮਾਰਦੀ। ਚਲੋ ਮਾਸੀ ਜੀ ਨੂੰ ਲੈ ਕੇ ਤੁਸੀਂ ਉੱਧਰ ਤੇ ਜਾ ਕੇ ਆਓ ਹਾਂ। ਚਲੋ ਮੰਮੀ ਤੂੰ ਮੇਰਾ, ਚਲੋ ਮੰਮਾ ਚੱਲੀਏ, ਹਾਂ ਠੀਕ ਆ ਟਿਕਾਣਾ, ਵੈਰ ਹੀ ਗੁੱਡ ਕਹਿੰਦੀ। ਓਕੇ ਚਲੋ ਜੀ, ਤੁਸੀਂ ਵੀ ਸਾਰੇ ਦੱਸਿਓ ਕਿੰਨੇ ਕਿੰਨੇ ਆਪਣੇ ਘਰਾਂ 'ਚ ਦੀਵੇ ਜਗਾਏ ਅੱਜ ਦੇ ਦਿਨ, ਅਤੇ ਗੁਰਪੁਰਬ ਸਾਹਿਬ ਵੇਖਿਆ ਬਹੁਤ ਵਧੀਆ। ਚਲੋ ਉੱਪਰ ਰੱਖ ਕੇ ਆਓ, ਕਿੱਧਰ ਆ ਗਏ ਇੱਧਰ?
ਹਵਾ ਵਗਦੀ ਆ। ਹੂੰ ਇੱਧਰ ਕੋ ਮੈਂ ਕੋਈ ਇੱਧਰ ਹਵਾ ਚ ਨਾ ਰੱਖੋ। ਦੋ ਰਸੋਈ ਦੇ ਵਿੱਚ ਰੱਖਤੇ ਆ। ਹਾਂ ਵੇਲ ਲੱਕੜ ਨੂੰ ਨਾ ਕਿਤੇ ਕਿਤੇ ਨਹੀਂ ਲੱਗਦੀ। ਚਲੋ ਇੱਧਰ ਨਾ ਦੇਖ ਕਮਰੇ ਦੇ ਸਿੱਧਾ ਇੱਕ ਇੱਕ ਕਮਰੇ 'ਚ ਰੱਖ ਦਿਓ। ਇੱਕ ਉੱਪਰ ਲਈ ਉੱਪਰ ਲੱਭੀ 'ਚ ਰੱਖ ਹੋਊਗਾ। ਹਵਾ ਲੈ ਜੇ ਜਾਂਦੇ ਲਓ ਕੋਈ ਨਹੀਂ ਮੈਂ ਰੱਖ ਦਿੰਦਾ। ਚੱਲ ਚਲੋ ਤੁਸੀਂ ਮੰਮਾ ਨਾਲ ਹੈਲਪ ਕਰਾਓ ਮੇਹਰ ਹੈਲਪ ਕਰਵਾਓ ਮੰਮਾ ਨਾਲ। ਚਲੋ ਚਲੋ ਚਲੋ